ਨੂੰ ਹੁਣੀ ਪਤਾ ਲੱਗਿਆ ਕਿ ਦਿੱਲੀ ਕੋਰਟ ਨੇ ਜਿਹੜੇ 84 ਦੇ ਕਤਲੇਆਮ ਜਿਨ੍ਹਾਂ ਨੇ ਕਰਾਇਆ ਉਹਨਾਂ ਦੋਸ਼ਾਂ ਨੂੰ ਸਜ਼ਾਏ ਮੌਤ ਤੇ ਉਮਰ ਕੈਦ ਦਿੱਤੀ ਹੈ। 34 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੜਾਈ ਲੜ ਰਿਹਾ ਕਿ ਜਿਹੜੇ 84 ਦੇ ਕਤਲੇਆਮ ਜਿਹੜੇ ਗਾਂਧੀ ਪਰਿਵਾਰ ਨੇ ਕਰਾਏ ਸੀ ਉਹਨਾਂ ਦੋਸ਼ਾਂ ਨੂੰ ਸਜ਼ਾ ਮਿਲੇ। ਹਰ ਵਾਰ ਕਾਂਗਰਸ ਸਰਕਾਰ ਗਾਂਧੀ ਪਰਿਵਾਰ ਉਹਨਾਂ ਦੋਸ਼ਾਂ ਨੂੰ ਬਚਾਉਂਦਾ ਸੀ। ਤੁਸੀਂ ਪੰਜਾਬ ਨਹੀਂ ਦੁਨੀਆਂ ਕਿਤੇ ਵੀ ਚਲੇ ਜਾਓ ਕਿਸੇ ਨੂੰ ਵੀ ਪੁੱਛੋ ਕਿਹਨੇ ਕਰਾਇਆ, ਗਾਂਧੀ ਪਰਿਵਾਰ ਦਾ ਨਾਂ ਆਉਂਦਾ ਸੀ ਤੇ ਸੱਜਣ ਕੁਮਾਰ ਟਾਈਟਲਰ ਦਾ ਨਾਂ ਆਉਂਦਾ ਸੀ। ਜਦੋਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਤਾਂ ਪ੍ਰਕਾਸ਼ ਸਿੰਘ ਜੀ ਬਾਦਲ, ਮੈਂ ਸਾਰੇ ਐਮ ਪੀ ਅਸੀਂ ਉਹਨਾਂ ਨੂੰ ਮਿਲੇ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਤੁਹਾਡੇ ਤੇ ਆਸ ਹੈ ਕਿ ਤੁਸੀਂ ਜਿੰਨੇ ਆ ਕੇਸ ਬੰਦ ਕੀਤੇ ਹੈ ਇਹਨਾਂ ਨੂੰ ਰੀਓਪਨ ਕਰਾਓ, ਤੇ ਮੈਨੂੰ ਬੜੀ ਖੁਸ਼ੀ ਹੈ ਉਹਨਾਂ ਨੇ ਰੀਓਪਨ ਕਰਾਏ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ 3 ਸਾਲ ਹੋ ਗਏ ਜਦੋਂ ਬਣੀ ਨੂੰ, 3 ਸਾਲ ਦੇ ਅੰਦਰ ਉਹਨੇ ਇਨਵੈਸਟੀਗੇਸ਼ਨ ਕੀਤੀ, ਜਿਹੜੇ ਖਤਮ ਕਰ ਦਿੱਤੇ ਕੇਸ, ਬੰਦ ਕਰ ਦਿੱਤੇ ਸੀ ਕੇਸ, ਉਹਨਾਂ ਨੂੰ ਇਨਵੈਸਟੀਗੇਸ਼ਨ ਕਰਕੇ ਕੋਰਟ ਦੇ ਦਿੱਤਾ ਤੇ ਅੱਜ 3 ਸਾਲਾਂ ਦੇ ਅੰਦਰ ਉਹ ਦੋਸ਼ੀਆਂ ਨੂੰ, ਪਹਿਲੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਹੈ ਤੇ ਸਾਨੂੰ ਬੜੀ ਖੁਸ਼ੀ ਹੈ। ਸਾਨੂੰ ਪੂਰੀ ਆਸ ਹੈ ਜਿਹੜੇ ਦੂਜੇ ਦੋਸ਼ੀ ਹੈ, ਜਿਹੜੇ ਦੂਜੇ SIT ਦੇ ਦੂਜੇ ਕੇਸ ਕੋਰਟਾਂ ਚੱਲ ਰਿਹਾ ਉਹ ਵੀ ਇਸ ਸਾਲ ਦੇ ਅੰਦਰ ਅੰਦਰ ਉਹਨਾਂ ਨੂੰ ਵੀ ਸਜ਼ਾ ਮਿਲੂਗੀ। ਮੈਨੂੰ ਪੂਰੀ ਆਸ ਹੈ ਕਿ ਸੱਜਣ ਕੁਮਾਰ ਟਾਈਟਲ 1 ਸਾਲ ਦੇ ਅੰਦਰ ਅੰਦਰ ਉਹ ਵੀ ਉਹਨੂੰ ਵੀ ਜੇਲ੍ਹ ਜਾਣਗੇ।